ਨਗਰ ਨਿਗਮ ਅਫਸਰਾਂ ਵੱਲੋਂ ਵਾਰਡ ਵਿੱਚ ਮੁੱਢਲੀਆਂ ਸਹੂਲਤਾਂ ਫ੍ਰੀ ਵਿੱਚ ਮੁਹੱਈਆ ਕਰਾਉਣ ਦਾ ਵਾਅਦਾ ਪੂਰਾ ਨਾ ਹੋਣ ਤੇ ਵਾਰਡ ਨੰਬਰ 54 ਦੇ ਲੋਕਾਂ ਵੱਲੋਂ ਸਮਾਜ ਸੇਵਕ ਮਨਪ੍ਰੀਤ ਸਿੰਘ ਮੰਨਾ ਅਤੇ ਕੌਂਸਲਰ ਸੁਰਿੰਦਰ ਕੌਰ ਮੰਨਾ ਦੀ ਅਗਵਾਈ ਵਿੱਚ ਨਗਰ ਨਿਗਮ ਜ਼ੋਨ A ਦਫ਼ਤਰ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਆਰੋਪ ਸੀ ਕਿ ਉਹਨਾਂ ਦੇ ਵਾਰਡ ਵਿੱਚ ਨਾ ਤਾਂ ਸੜਕਾਂ ਠੀਕ ਹਨ, ਨਾ ਹੀ ਸਟਰੀਟ ਲਾਈਟਾਂ। ਪਾਣੀ ਦਾ ਵੀ ਬੁਰਾ ਹਾਲ ਹੈ। ਹਾਲਾਤ ਇਹ ਹਨ ਕਿ ਸਟਰੀਟ ਲਾਈਟਾਂ ਠੀਕ ਨਾ ਹੋਣ ਕਾਰਨ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਨੇ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਨਗਰ ਨਿਗਮ ਕਮਿਸ਼ਨਰ ਨੂੰ ਉਹ ਮਿਲ ਚੁੱਕੇ ਹਨ, ਜਿਨ੍ਹਾਂ ਨੇ ਭਰੋਸਾ ਤਾਂ ਦਿੱਤਾ ਪਰ ਅਮਲ ਨਹੀਂ ਹੋਇਆ, ਜਿਸ ਦੇ ਚਲਦਿਆਂ ਉਹਨਾਂ ਨੇ ਜ਼ੋਨਲ ਕਮਿਸ਼ਨਰ ਨੂੰ ਮੈਮੋਰੈਂਡਮ ਦਿੱਤਾ ਹੈ ਅਤੇ ਉਹਨਾਂ ਨੇ 24 ਘੰਟਿਆਂ 'ਚ ਕੰਮ ਸ਼ੁਰੂ ਕਰਵਾਉਣ ਦਾ ਵਾਅਦਾ ਕੀਤਾ ਹੈ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਦੇ ਇਲਾਕੇ ਦਾ ਵਿਕਾਸ ਨਾ ਹੋਇਆ ਤੇ ਉਹ ਮਰਨ ਵਰਤ ਤੇ ਬੈਠਣ ਨੂੰ ਮਜਬੂਰ ਹੋਣਗੇ। ਅੱਜ ਅਸੀਂ ਪਿਛਲੇ ਕਾਫੀ ਸਮਿਆਂ ਤੋਂ ਲਿਖਤੀ ਕੰਪਲੇਂਟਾਂ ਵੀ ਜ਼ਬਾਨੀ ਕੰਪਲੇਂਟਾਂ ਵੀ ਜਿਹੜੇ ਸੰਬੰਧਿਤ ਅਧਿਕਾਰੀ ਆ ਉਹਨਾਂ ਨੂੰ ਦੇ ਰਹੇ ਹਾਂ। ਜਿਹੜੇ ਮੇਨਟੇਨੈਂਸ ਦੇ ਕੰਮ ਆ ਉਹਨਾਂ ਦੇ ਪ੍ਰਤੀ ਸਾਡੇ ਵਾਰਡ ਦੇ ਵਿੱਚ ਅੱਜ 50-60% ਲਾਈਟਾਂ ਬੰਦ ਪਈਆਂ। ਵਾਰ ਵਾਰ ਕਹਿਣ ਦੇ ਬਾਵਜੂਦ ਵੀ ਕੋਈ ਐਕਸ਼ਨ ਨਹੀਂ ਹੋਇਆ, ਕੋਈ ਲਾਈਟਾਂ ਦਾ ਕੰਮ ਨਹੀਂ ਹੋਇਆ ਅਤੇ ਸਾਡੇ ਇਲਾਕੇ ਦੇ ਵਿੱਚ 2 ਚੋਰੀਆਂ ਲੁੱਟਾਂ ਖੋਹਾਂ ਹੋ ਗਈਆਂ ਸਿਰਫ ਹਨੇਰੇ ਕਰਕੇ। ਗੋਲੀ ਵੀ ਚੱਲੀ ਸਾਡੇ ਵਾਰਡ ਦੇ ਵਿੱਚ ਅਤੇ ਲੁੱਟ ਦੀ ਜਿਹੜਾ ਯਤਨ ਕੀਤਾ ਗਿਆ ਸੀ ਉਹਦੇ ਖਿਲਾਫ਼ ਪਰਚਾ ਵੀ ਹੋਇਆ ਥਾਣੇ ਦੇ ਵਿੱਚ। ਉਸ ਤੋਂ ਬਾਅਦ ਜਿਹੜੇ ਸਾਡੇ ਇਲਾਕੇ ਵਿੱਚ ਸੜਕਾਂ ਬਣੀਆਂ ਮੁਹੱਲੇ ਦੀਆਂ ਉਹਦੇ ਵਿੱਚ ਇਹ ਹਾਲਤ ਆ ਵੀ ਤੁਰਨਾ ਵੀ ਔਖਾ ਹੋਇਆ ਪਿਆ ਲੋਕਾਂ ਦਾ, ਕਿਉਂਕਿ ਇਹ ਸੜਕਾਂ ਜਿਹੜੀਆਂ ਸੀ PIDB ਦੇ ਅਧੀਨ ਬਣੀਆਂ ਸੀਗੀਆਂ, ਅੱਜ ਤੱਕ ਉਹਦੇ ਫਾਈਨਲ ਜਿਹੜੇ ਬਿੱਲ ਉਹ ਵੀ ਕੰਪਲੀਟ ਨਹੀਂ ਹੋਏ। ਪਰ ਉਸ ਤੋਂ ਬਾਵਜੂਦ ਵੀ ਜਿਹੜੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੋ ਗਈ, ਅਸੀਂ ਵਾਰ ਵਾਰ ਰਿਪੇਅਰ ਦੇ ਲਈ ਕਿਹਾ ਵੀ ਜਿਹੜੀਆਂ ਇਹ ਸੜਕਾਂ ਉਹਦੀ ਰਿਪੇਅਰ ਕਰਾਉਣੀ ਚਾਹੀਦੀ ਹੈ, ਕਿਉਂਕਿ ਠੇਕੇਦਾਰ ਦਾ ਨੂੰ ਮੇਨਟੇਨੈਂਸ ਜਿਹੜੀ ਆ 5 ਸਾਲ ਦੇ ਲਈ ਦਿੱਤੀ ਜਾਂਦੀ ਹੈ ਅਤੇ ਇਹ ਸੜਕਾਂ ਬਣੀਆਂ ਨੂੰ ਹਾਲੇ 5 ਸਾਲ ਨਹੀਂ ਹੋਏ ਅਤੇ ਸਾਨੂੰ ਸਿਰਫ ਦਿਲਾਸੇ ਹੀ ਦਿੱਤੇ ਗਏ, 2 ਮਹੀਨੇ ਹੋ ਗਏ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਨਹੀਂ ਸ਼ੁਰੂ ਹੋਈ। ਜੇ ਆਪਾਂ ONM ਦੀ ਗੱਲ ਕਰੀਏ ਲੋਕਾਂ ਨੂੰ ਮਜਬੂਰੀ 'ਚ ਗੰਦਾ ਪਾਣੀ ਪੀਣਾ ਪੈ ਰਿਹਾ। ਜਿਹੜੇ ਮੇਨਟੇਨੈਂਸ ਦੇ ਕੰਮ ਆ ਕਿਤੇ 100 ਫੁੱਟ ਪਾਈਪ ਪੈਣੀ ਹੈ, ਕਿਤੇ 50 ਫੁੱਟ ਪੈਣੀ, ਕਿਤੇ 20 ਫੁੱਟ ਪਾਈਪ ਪੈਣੀ ਹੈ, ਉਹ ਵੀ ਵਾਰ ਵਾਰ ਕਹਿਣ ਦੇ ਬਾਵਜੂਦ ਇਹ ਜਿਹੜੇ ਕੰਮ ਹੈ ਨਹੀਂ ਕੀਤੇ ਜਾ ਰਹੇ। ਅੱਜ ਅਸੀਂ ਇਹਨਾਂ ਨੂੰ ਅਲਟੀਮੇਟਮ ਦਿੱਤਾ 24 ਘੰਟਿਆਂ ਦਾ। ਪਹਿਲਾਂ ਵੀ ਅਸੀਂ ਕਮਿਸ਼ਨਰ ਮੈਡਮ ਨੂੰ ਵੀ ਇਹ ਜਿਹੜਾ ਮੰਗ ਪੱਤਰ ਆ ਦੇ ਚੁੱਕੇ ਹੋਏ ਹਾਂ ਵੀ ਜੇ ਸਾਡੇ 24 ਘੰਟਿਆਂ ਦੇ ਵਿੱਚ ਇਹ ਕੰਮ ਨਾ ਕੀਤੇ ਗਏ ਤਾਂ ਅਸੀਂ ਕੱਲ੍ਹ ਤੋਂ ਮਰਨ ਵਰਤ 'ਤੇ ਬੈਠਾਂਗੇ। ਮੈਂ, ਮੇਰੇ ਵਾਰਡ ਦੇ ਸਾਰੇ ਨਿਵਾਸੀ ਵੱਧ ਤੋਂ ਵੱਧ ਸੰਖਿਆ ਕਰਕੇ ਅਸੀਂ ਇਹ ਜਿਹੜਾ ਮਰਨ ਵਰਤ ਆ ਉਦੋਂ ਤੱਕ ਚੱਲੂਗਾ ਜਦੋਂ ਤੱਕ ਸਾਡੇ ਵਾਰਡ ਦੀਆਂ ਸਾਰੀਆਂ ਸਟਰੀਟ ਲਾਈਟਾਂ ਠੀਕ ਨਹੀਂ ਹੋ ਜਾਂਦੀਆਂ ਅਤੇ ਜਿਹੜੇ ਰਿਪੇਅਰ ਦੇ ਕੰਮ ਹੈ ਉਹ ਚਾਲੂ ਨਹੀਂ ਕੀਤੇ ਜਾਂਦੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।